ਵੈਲਕਮ ਟੂ ਰੇਸ ਅਕੈਡਮੀ। ਅੱਜ ਆਪਾਂ ਸਿਲੇਬਸ ਦੇ ਰਿਗਾਰਡਿੰਗ ਗੱਲ ਕਰਨੀ ਆ। PPSC ਦੀ ਜਿਹੜੀਆਂ ਪੋਸਟਾਂ ਨਿਕਲੀਆਂ ਕੋਆਪਰੇਟਿਵ ਇੰਸਪੈਕਟਰ ਦੀਆਂ, ਕਾਫੀ ਪੁੱਛ ਰਹੇ ਸੀਗੇ ਕਿ ਸਿਲੇਬਸ ਜਿਹੜਾ ਇਹਦਾ ਉਹਨੂੰ ਥੋੜ੍ਹਾ ਜਿਹਾ ਵਿਸਤਾਰਪੂਰਵਕ ਦੱਸਿਆ ਜਾਵੇ। ਤਾਂ ਵਿਸਤਾਰਪੂਰਵਕ ਤੁਹਾਨੂੰ ਮੈਂ ਦੱਸਦਾ ਸਿਲੇਬਸ ਬਾਰੇ। ਵੈਸੇ ਬਹੁਤ ਤੁਸੀਂ ਯੂਟਿਊਬ 'ਤੇ ਦੇਖ ਲਿਆ ਹੋਣਾ, ਅਲੱਗ ਅਲੱਗ ਨੇ ਆਪਦੇ ਆਪਦੇ ਤਰੀਕੇ ਨਾਲ ਦੱਸਿਆ ਗਾ, ਮੈਂ ਵੀ ਆਪਦੇ ਤਰੀਕੇ ਨਾਲ ਦੱਸੂੰਗਾ। ਬਟ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਸਿਲੇਬਸ ਤਾਂ ਆਹ ਲਿਖਿਆ ਪਿਆ, ਠੀਕ ਹੈ, ਅਤੇ ਇਹੀ ਤੁਸੀਂ PSPCL ਦਾ ਰੀਸੈਂਟਲੀ ਆ, ਤੁਸੀਂ ਉੱਥੇ ਵੀ ਸਿਲੇਬਸ ਪੜ੍ਹਿਆ ਸੀ, ਉੱਥੇ ਵੀ 3 ਕੋਲਮ ਸੀ, ਠੀਕ ਹੈ, ਹਿਸਟਰੀ ਵਗੈਰਾ, ਕਰੰਟ ਅਫੇਅਰ ਵਗੈਰਾ, ਅਤੇ ਤੁਹਾਨੂੰ ਪਤਾ ਹੀ ਹੈ ਕਿ ਉਹ GS ਦੇ ਵਿੱਚ ਕੀ ਆਇਆ, ਠੀਕ ਹੈ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਿਲੇਬਸ ਪੜ੍ਹ ਜ਼ਰੂਰ ਲਓ, ਬਟ ਜਿਹੜੀ ਪੜ੍ਹਾਈ ਆ ਅੱਜ ਦਾ ਕੰਪੀਟੀਸ਼ਨ ਇਹੀ ਕਹਿੰਦਾ ਕਿ ਤੁਹਾਨੂੰ ਕੁਛ ਵੀ ਆ ਸਕਦਾ। ਇੱਥੇ ਕਰੰਟ ਅਫੇਅਰਸ ਤੁਹਾਨੂੰ ਚਮਕ ਰਹੇ ਹੋਣਗੇ ਸਿਲੇਬਸ ਦੇ ਵਿੱਚ, ਮੈਂ ਗਰੰਟੀ ਨਾਲ ਕਹਿੰਦਾ ਕਿ ਕਰੰਟ ਅਫੇਅਰ ਹੋ ਸਕਦਾ ਕਿ ਇੱਕ ਵੀ ਨਾ ਆਵੇ, ਅਤੇ ਹੋ ਸਕਦਾ ਸਾਰੀ ਕਰੰਟ ਫਿਰ ਆ ਜਾਣ, ਤਾਂ ਤੁਸੀਂ ਕੁਛ ਨਹੀਂ ਕਹਿ ਸਕਦੇ, ਠੀਕ ਹੈ। ਅਕੋਰਡਿੰਗ ਟੂ ਸਿਲੇਬਸ ਤੁਸੀਂ ਨਹੀਂ ਚੱਲ ਸਕਦੇ, ਕਿਉਂਕਿ ਹੁਣ ਉਹ ਕੁਛ ਵੀ ਹੋ ਸਕਦੇ। ਪਹਿਲੀ ਗੱਲ ਤਾਂ ਇਹਨਾਂ ਨੇ ਸਾਰਾ ਹੀ ਕੁਛ ਪਾ ਦਿੱਤਾ, ਠੀਕ ਹੈ, ਅਤੇ ਕਿਤੇ ਵੀ ਕੋਈ ਐਗਜ਼ਾਮ ਦੇ ਵਿੱਚ ਇਹ ਨਹੀਂ ਲਿਖਿਆ ਹੁੰਦਾ ਕਿ ਇਹ 2 ਨੰਬਰਾਂ ਦਾ ਹੀ ਆਊਗਾ, 3 ਨੰਬਰਾਂ ਦਾ ਆਊਗਾ, ਕੁਛ ਵੀ ਹੋ ਸਕਦਾ। ਹੋ ਸਕਦਾ ਇਹਨਾਂ ਸਾਰਿਆਂ ਟੋਪਿਕਾਂ 'ਚੋਂ ਕੋਈ ਇੱਕ ਟੋਪਿਕ ਚੱਕ ਲੈਣ, ਸਾਰਾ ਪੇਪਰ ਹੀ ਉਸੇ 'ਚੋਂ ਆ ਜਾਵੇ। ਹੋ ਸਕਦਾ ਇਹਨਾਂ 'ਚੋਂ ਕੁਛ ਵੀ ਨਾ ਆਵੇ, ਠੀਕ ਹੈ, ਤਾਂ ਮੇਰਾ ਚਲੋ ਦੱਸਣਾ ਫਰਜ਼ ਹੈ, ਠੀਕ ਹੈ। ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੈਂ ਕੋਈ ਐਵੇਂ ਨਹੀਂ ਹੈਗਾ ਕਿ ਇੱਕ ਤਾਂ ਇਹ ਹੁੰਦਾ ਨਾ ਕਿ ਬਿਨਾਂ ਮਤਲਬ ਤੋਂ ਵੀਡੀਓ ਬਣਾ ਲਈ, ਠੀਕ ਹੈ, 10 ਕੁਐਸਚਨ ਇਕੱਠੇ ਕੀਤੇ, 6-7 ਮਿੰਟ ਦੀ ਵੀਡੀਓ ਪਾ ਤੀ ਅਤੇ ਬਣ ਗਏ, ਠੀਕ ਹੈ। ਮੈਂ ਸਪੈਸ਼ਲ ਇਹਨਾਂ ਚੀਜ਼ਾਂ 'ਤੇ ਮੱਥਾ ਮਾਰਿਆ ਹੋਇਆ, ਠੀਕ ਹੈ, ਹੁਣ ਤੱਕ ਮੱਥਾ ਮਾਰ ਰਿਹਾ ਮੈਂ, ਠੀਕ ਹੈ। ਯਾਨੀ ਕਿ ਜਦੋਂ ਮੈਂ ਹੁਣ ਕੰਟੈਂਟ ਬਣਾਉਣਾ ਗਾ ਤਾਂ ਪਹਿਲਾਂ ਉਹਨਾਂ ਚੀਜ਼ਾਂ ਨੂੰ ਮੈਂ ਯਾਨੀ ਕਿ ਬਰੀਕਲੀ ਦੇਖਦਾ ਗਾ ਸਾਰਾ ਕੁਛ, ਠੀਕ ਹੈ, ਵੀ ਹਾਂ ਇਹ ਚੀਜ਼ਾਂ ਵਾਕਿਆ ਹੀ ਚੀਜ਼ਾਂ ਆਉਣ ਵਾਲੀਆਂ ਕਿ ਨਹੀਂ, ਠੀਕ ਹੈ। ਮੱਥਾ ਮਾਰਨਾ ਉਹਨੂੰ ਕਹਿੰਦੇ ਨੇ, ਨਹੀਂ ਮੈਂ ਵੀ ਕੁਐਸਚਨ 10 ਚੱਕ ਕੇ ਸਿੱਧਾ ਆਪਸ਼ਨ ਤੁਹਾਨੂੰ ਦੱਸ ਸਕਦਾ ਗਾ, ਵਿਊ ਫਿਰ ਵੀ ਬਣ ਜਾਣਗੇ, ਠੀਕ ਹੈ। ਜੇ ਮੈਂ ਮੱਥਾ ਮਾਰ ਰਿਹਾ ਤਾਂ ਮੈਂ ਜੈਨੂਅਲੀ ਕਹਿ ਰਿਹਾ ਤੁਹਾਨੂੰ ਕਿ ਤਿਆਰੀ ਆ ਜਿਹੜੀ ਤਿਆਰੀ ਤੁਸੀਂ ਕਰਨੀ ਹੈ, ਮੇਰਾ ਤਾਂ ਸਿਰਫ ਦੱਸਣਾ ਫਰਜ਼ ਹੈ। ਹੋਰ ਯੂਟਿਊਬ ਬਹੁਤ ਆ, ਤੁਹਾਨੂੰ ਬਹੁਤ ਕੁਝ ਦੱਸਣਗੇ, ਠੀਕ ਹੈ। ਤੁਹਾਡਾ ਇੱਕ ਹੀ ਤੁਹਾਨੂੰ ਦੱਸ ਦਿੰਦਾ, ਕਦੇ ਵੀ ਅੱਡ ਅੱਡ ਥਾਵਾਂ 'ਤੇ ਜਾਓਗੇ, ਅੱਡ ਅੱਡ ਥਾਵਾਂ 'ਤੇ ਦੇਖੋਗੇ, ਤੁਹਾਡਾ ਹੀ ਮਨ ਫਲਕਚੁਏਟ ਹੋਊਗਾ। ਐਵੇਂ ਹੀ ਬੁੱਕਸ ਹੈ, ਠੀਕ ਹੈ, ਤੁਹਾਡੇ ਕੋਲ ਜਿਹੜੀਆਂ ਬੁੱਕਸ ਪਈਆਂ, ਮੈਨੂੰ ਨਹੀਂ ਪਤਾ ਕਿਹੜੀਆਂ ਬੁੱਕਸ ਪਈਆਂ, ਜਿਹੜੀਆਂ ਵੀ ਤੁਹਾਡੇ ਕੋਲ ਬੁੱਕਸ ਪਈਆਂ ਉਹੀ ਪਈਆਂ, ਰਹਿਣ ਦਿਓ ਅਤੇ ਉਹੀ ਪੜ੍ਹ ਲਓ, ਠੀਕ ਹੈ। ਤੁਹਾਡੇ ਕੋਲ ਜੇ ਇੱਕ ਬੁੱਕ ਪਈ ਹੈ ਨਾ, ਇੱਕ ਬੁੱਕ ਨੂੰ ਤੁਸੀਂ ਪੇਪਰ ਤੋਂ ਪਹਿਲਾਂ 10 ਵਾਰੀ ਪੜ੍ਹ ਲਓ, ਉਸੇ 'ਚੋਂ ਆਊਗਾ, ਗਰੰਟੀ ਹੈ ਮੇਰੀ। ਅਤੇ ਨਾਲੇ ਮੈਨੂੰ ਪਤਾ ਨਹੀਂ ਤੁਹਾਡੇ ਕੋਲ ਬੁੱਕ ਹੈ ਕਿਹੜੀ, ਹਾਂ ਕੁਛ ਇੰਪੋਰਟੈਂਟ ਬੁੱਕਸ ਹੁੰਦੀਆਂ ਉਹ ਮੈਂ ਦੱਸੂ ਜ਼ਰੂਰ, ਪਰ ਜਿਹਦੇ ਕੋਲ ਉਹ ਹੈਗੀਆਂ ਤਾਂ ਠੀਕ ਹੈ, ਪਰ ਜੇ ਉਸ ਤੋਂ ਇਲਾਵਾ ਪਈਆਂ ਤਾਂ ਉਹੀ ਰੱਖਿਓ, ਜਿਹੜੀਆਂ ਮੈਂ ਦੱਸ ਰਿਹਾ ਉਹ ਵੀ ਲੈਣ ਦੀ ਲੋੜ ਨਹੀਂ, ਠੀਕ ਹੈ। ਅਤੇ ਬਾਕੀ ਗੱਲ ਇੱਕ ਹੋਰ, ਕਦੇ ਵੀ ਕੋਈ ਵੀ ਬੁੱਕ ਜਦੋਂ ਬਣਦੀ ਹੁੰਦੀ ਆ ਉਹ ਕੋਸ਼ਿਸ਼ ਕਰਦਾ, ਕੋਈ ਵੀ ਬੁੱਕ ਵਾਲਾ ਇਹ ਨਹੀਂ ਹੁੰਦਾ, ਜਿਵੇਂ ਮੈਂ ਹੀ ਯੂਟਿਊਬ ਚੈਨਲ ਬਣਾ ਰਿਹਾ ਆਪਦਾ ਬਣਾਇਆ ਹੋਇਆ, ਠੀਕ ਹੈ, ਮੈਂ ਹੀ ਕੋਸ਼ਿਸ਼ ਕਰਦਾ ਕਿ ਮੈਂ ਹਰੇਕ ਚੀਜ਼ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂ, ਠੀਕ ਹੈ, ਇੱਕੋ, ਠੀਕ ਹੈ। ਅਤੇ ਉਵੇਂ ਹੀ ਬੁੱਕਸ ਬਣੀਆਂ ਹੁੰਦੀਆਂ ਗੀਆਂ, ਉਹਨਾਂ ਨੂੰ ਐਂ ਹੁੰਦਾ ਵੀ ਇੱਕੋ ਬੁੱਕ ਦੇ ਵਿੱਚ ਉਹ ਵਧੀਆ, ਉਹ ਆਪਦੀਆਂ ਬੁੱਕ ਵੇਚਣੀ ਆ ਨਾ ਉਹਨਾਂ ਨੇ, ਤਾਂ ਉਹ ਵਧੀਆ ਹੀ ਬਣਾਉਣਗੇ, ਘਟੀਆ ਕੌਣ ਬਣਾਉਂਦਾ ਆਪਦੀ ਬੁੱਕ। ਅਤੇ ਨਾਲੇ ਹਰੇਕ ਦੇ ਵਿੱਚ ਹੁੰਦਾ, ਐਂ ਤਾਂ ਹੈ ਨਹੀਂ ਵੀ ਜੇ ਕਿਸੇ ਕੋਲ ਹੋਰ ਬੁੱਕ ਪਈ ਆ ਤਾਂ ਉਹਦੇ ਵਿੱਚ ਬਾਬਰ ਨੂੰ ਉਹਨਾਂ ਨੇ ਕੋਈ ਚੰਦਰਗੁਪਤ ਮੌਰੀਆ ਕਹੀ ਜਾਂਦਾ ਅਤੇ ਚੰਦਰਗੁਪਤ ਮੌਰੀਆ ਨੂੰ ਹੋਰ ਬੁੱਕ ਦੇ ਵਿੱਚ ਬਾਬਰ ਕਹੀ ਜਾਂਦਾ, ਐਂ ਤਾਂ ਨਹੀਂ ਹੋਣਾ ਨਾ, ਉਹੀ ਕੁਛ ਆ, ਉੱਥੇ ਹੀ ਲੜਾਈ ਉਹ ਲੜੀ ਹੋਣੀ ਆ, ਉੱਥੇ ਹੀ ਲੜਾਈ ਉਹ ਲੜੀ ਹੋਣੀ, ਐਂ ਤਾਂ ਹੈ ਨਹੀਂ ਵੀ ਪਾਣੀਪਤ ਦੀ ਲੜਾਈ ਦੂਜੀ ਬੁੱਕ 'ਚ ਕਿਤੇ ਹੋਰ ਲੜੀ ਜਾ ਰਹੀ ਹੈ ਅਤੇ ਪਹਿਲੀ ਬੁੱਕ 'ਚ ਕਿਤੇ ਹੋਰ ਲੜੀ ਜਾ ਰਹੀ ਹੈ। ਕਹਿਣ ਦਾ ਮਤਲਬ ਜਿਹੜਾ ਕੁਛ ਤੁਹਾਡੇ ਕੋਲ ਪਿਆ ਕੁਛ ਨਵਾਂ ਲਿਆਉਣ ਦੀ ਲੋੜ ਨਹੀਂ, ਐਵੇਂ ਡਰਨ ਦੀ ਲੋੜ ਨਹੀਂ ਕਿ ਸਰ ਇਹ PPSC ਦਾ ਪੇਪਰ ਆ ਤਾਂ ਪਤਾ ਨਹੀਂ ਕੀ ਪਹਾੜ ਆ ਅਤੇ ਮੈਂ ਹੋਰ ਕਿਤਾਬ ਚੱਕ ਲਿਆਵਾਂ। ਬਹੁਤ ਜਵਾਕ ਹੋਣਗੇ ਜਿਹੜੇ PPSC ਦੇ ਨਾਮ ਤੋਂ ਹੀ PCS ਦੀਆਂ ਕਿਤਾਬਾਂ ਲਿਆਏ ਹੋਣਗੇ, ਠੀਕ ਹੈ, ਕਿ ਬਾਈ ਹੁਣ ਤਾਂ ਬਹੁਤ ਤਕੜਾ ਇਗਜ਼ਾਮ ਆ ਗਿਆ ਅਤੇ ਮੈਂ ਹੁਣ PCS ਦੀ ਕਿਤਾਬ ਲਿਆਉਂ, ਉਹੀ 700-800 ਦੀ ਕਿਤਾਬ ਲਿਆ ਕੇ ਉਹਦੇ ਰੁਪਈਏ ਫੂਕ ਦਿੰਦਾ, ਪਹਿਲਾਂ ਹੀ 3000 ਫੀਸ ਹੈ, ਠੀਕ ਹੈ। ਮੈਂ ਇਹ ਜੈਨੂਨ ਦੱਸ ਰਿਹਾ ਕਿਉਂਕਿ ਐਕਸਪੀਰੀਅੰਸ ਆ, ਮੈਂ ਕੋਈ ਬੇਫਾਲਤੂ ਤੋਂ ਨਹੀਂ ਕਹਿ ਰਿਹਾ, ਠੀਕ ਹੈ ਨਾ, ਮੈਂ ਇਹ ਐਕਸਪੀਰੀਅੰਸ ਨਾਲ ਹੀ ਕਹਿ ਰਿਹਾ ਕਿ ਜਿਹੜੀਆਂ ਤੁਹਾਡੇ ਕੋਲ ਕਿਤਾਬਾਂ ਪਈਆਂ ਇਨਫ ਹੈ, ਜੋ ਵੀ ਪਈਆਂ, ਠੀਕ ਹੈ, ਪਹਿਲਾਂ ਦੀ ਪਈਆਂ, ਜਿਹਦੇ ਕੋਲ ਨਹੀਂ ਹੈਗੀਆਂ ਉਹ ਪੈਟ ਕਿਤਾਬਾਂ ਮੈਂ ਪਹਿਲਾਂ ਵੀਡੀਓ ਪਾ ਚੁੱਕੇ, ਕਿਤਾਬਾਂ 'ਤੇ ਵੀ ਕਿਹੜੀਆਂ ਕਿਹੜੀਆਂ ਇੰਪੋਰਟੈਂਟ ਕਿਤਾਬਾਂ ਉਹੀ ਲਿਆਓ, ਕਿਉਂਕਿ ਜਿਹੜੀਆਂ ਹੋਰ ਕਿਤਾਬਾਂ ਵੀ ਬਣਦੀਆਂ ਉਹ ਵੀ ਉਹਨਾਂ ਤੋਂ ਹੀ ਬਣਦੀਆਂ, ਠੀਕ ਹੈ। ਤਾਂ ਕਹਿਣ ਦਾ ਮਤਲਬ ਸਿਲੇਬਸ ਆਪਾਂ ਡਿਸਕਸ ਕਰਦੇ ਹਾਂ, ਪਹਿਲਾਂ ਜਨਰਲ ਨੌਲੇਜ, ਵੈਸੇ ਤੁਸੀਂ ਮੇਰੀ ਹਿਸਾਬ ਨਾਲ ਜਿੰਨਾ ਕੁ ਮੈਂ ਬੋਲ ਚੁੱਕਿਆ ਇਸੇ ਤੁਸੀਂ ਸਮਝ ਗਏ ਹੋਵੋਗੇ ਸਿਲੇਬਸ ਤਾਂ, ਬਟ ਫਿਰ ਵੀ ਤੁਹਾਨੂੰ ਮੈਂ ਪੜ੍ਹ ਦਿੰਦਾ, ਜਿਵੇਂ ਕਿ ਜਨਰਲ ਨੌਲੇਜ ਐਂਡ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਇਨਕਲੂਡਿੰਗ ਦ ਫੋਲੋਇੰਗ। ਤਾਂ ਮੇਰੇ ਹਿਸਾਬ ਨਾਲ ਜਿਹੜਾ ਸਿਲੇਬਸ ਆ ਨਾ ਉਹ ਪਹਿਲੀ ਲਾਈਨ 'ਚ ਹੀ ਲਿਖਿਆ ਪਿਆ, ਠੀਕ ਹੈ, ਬਸ ਜਨਰਲ ਨੌਲੇਜ ਆ, ਕਰੰਟ ਅਫੇਅਰ ਆ, ਨੈਸ਼ਨਲ ਆ ਅਤੇ ਇੰਟਰਨੈਸ਼ਨਲ ਆ, ਹੋਰ ਚਾਹੀਦਾ ਕੀ ਹੈ,
ਜਨਰਲ ਨੌਲੇਜ ਦੇ ਵਿੱਚ ਸਾਰਾ ਕੁਝ ਆ ਗਿਆ, ਚਾਹੇ ਇਕਨੋਮਿਕਸ ਚੱਕ ਲਓ, ਚਾਹੇ ਪੋਲੀਟੀ ਚੱਕ ਲਓ, ਚਾਹੇ ਇਨਵਾਇਰਮੈਂਟ ਚੱਕ ਲਓ, ਚਾਹੇ ਸਾਇੰਸ ਚੱਕ ਲਓ, ਚਾਹੇ ਬਾਇਓ ਚੱਕ, ਕੁਛ ਵੀ, ਠੀਕ ਹੈ, ਹਿਸਟਰੀ ਕੁਛ ਵੀ ਚੱਕ ਲਓ, ਠੀਕ ਹੈ, ਜੀਓਗ੍ਰਾਫੀ ਵੀ, ਜੀਓਗ੍ਰਾਫੀ ਵੈਸੇ ਇਹਨਾਂ ਨੇ ਆਪਸ਼ਨ ਇੱਥੇ ਦਿੱਤਾ ਹੋਇਆ ਨਹੀਂ ਹੈਗਾ, ਜੀਓਗ੍ਰਾਫੀ ਵੀ ਆ, ਜਿਵੇਂ ਇਨਵਾਇਰਮੈਂਟ ਦੇ ਵਿੱਚ ਵੈਸੇ ਜੀਓਗ੍ਰਾਫੀ ਆ ਜਾਂਦੀ ਹੈ, ਠੀਕ ਹੈ, ਤਾਂ ਕਹਿਣ ਦਾ ਮਤਲਬ ਇੰਟਰਨੈਸ਼ਨਲ ਵੀ ਲਿਖੀ ਬੈਠੇ, ਨੈਸ਼ਨਲ ਵੀ ਲਿਖੀ ਬੈਠੇ, ਤਾਂ ਕੁਛ ਵੀ ਆ ਸਕਦਾ, ਕਹਿਣ ਦਾ ਮਤਲਬ ਪਹਿਲੀ ਗੱਲ ਤਾਂ, ਪਰ ਫਿਰ ਵੀ ਮੈਂ ਥੋੜ੍ਹਾ ਜਿਹਾ ਡਿਫਾਈਨ ਕਰ ਦਿੰਦਾ, ਇਕਨੋਮਿਕਸ ਇਸ਼ੂਜ਼, ਇਕਨੋਮਿਕ ਇਸ਼ੂਜ਼ ਜਿਹੜੇ ਕਿ ਅੱਜ ਕੱਲ੍ਹ, ਜਿਵੇਂ ਕਿ ਇਕਨੋਮਿਕਸ ਦੇ ਵਿੱਚ ਕੀ ਆ ਜਾਂਦਾ ਆਪਣਾ ਫਾਈਨੈਂਸ਼ੀਅਲ ਹੈ, ਠੀਕ ਹੈ, ਬਜਟ ਵਗੈਰਾ ਆ ਗਿਆ, ਜਿਵੇਂ ਕਿ ਕਰੰਟ ਇਸ਼ੂਜ਼ ਦੇ ਵਿੱਚ ਬਜਟ ਆਇਆ, ਠੀਕ ਹੈ, ਅਤੇ ਜਾਂ ਆਪਣੀ ਜਿਹੜੀ ਪ੍ਰੋਡਿਕਸ਼ਨਾਂ ਹੁੰਦੀਆਂ, ਠੀਕ ਹੈ, ਅਤੇ ਉਹ ਆ ਸਕਦਾ, ਜਿਵੇਂ 5 ਈਅਰ ਪਲਾਨ ਹੋ ਗਏ, ਇਹ ਆ ਸਕਦੇ ਆ ਵੀ ਇਹਨਾਂ ਤੋਂ ਗਾਹਾਂ ਵਾਲੇ ਕਿਵੇਂ, ਹੈ ਨਾ, ਤਾਂ ਉਹਨਾਂ ਦੇ ਥੀਮ ਵਗੈਰਾ ਆ ਸਕਦੇ ਆ, ਕੁਛ ਵੀ, ਯਾਨੀ ਕਿ ਜਿਹੜੀ ਜਾਂ ਕਰੰਟ ਇਸ਼ੂ ਆ ਸਕਦੇ ਓਵਰਆਲ ਵਰਲਡ ਦੇ ਵਿੱਚ, ਜਿੱਥੇ ਰਿਸੈਸ਼ਨ, ਕਿਹੜੇ ਕੰਟਰੀ ਦੇ ਵਿੱਚ ਰਿਸੈਸ਼ਨਸ ਆ ਜਾਂਦੇ, ਹੈ ਨਾ, ਕਈ ਵਾਰੀ ਤਾਂ ਉਹ ਕਿਵੇਂ, ਠੀਕ ਹੈ, ਤਾਂ ਜਿਵੇਂ ਕਈ ਵਾਰੀ ਇਹੀ ਪੁੱਛ ਲੈਂਦੇ ਆ, IMF ਦੇ ਦੁਆਰਾ ਦੱਸੋ, ਹੈ ਨਾ, ਅਤੇ ਅੱਡ ਅੱਡ CSO ਹੋ ਗਈਆਂ, ਸਟੈਟਿਸਟੀਕਲ ਔਰਗਨਾਈਜੇਸ਼ਨ ਆ ਜਿਹੜੀਆਂ, ਠੀਕ ਹੈ, ਉਹਨਾਂ ਤੋਂ ਪੁੱਛ ਲੈਂਦੇ ਆ, ਠੀਕ ਹੈ, ਪੋਲਿਟੀ ਦੇ ਵਿੱਚ ਤਾਂ ਜਿਹੜੇ ਗਿਣਵੇਂ ਚੁਣਵੇਂ ਹੀ ਆ, ਪੋਲਿਟੀ ਦੇ ਵਿੱਚ ਗਿਣਵੇਂ ਚੁਣਵੇਂ, ਦਾ ਕਹਿਣ ਦਾ ਮਤਲਬ ਜਿਹੜੀ ਪੋਲਿਟੀ ਹੈ, ਪੋਲੀਟਿਕਸ ਹੈ ਆਪਣੀ, ਪੋਲੀਟਿਕਸ ਪੋਲਿਟੀ ਹੈ ਆਪਣੀ, ਇੰਡੀਆ ਦੇ ਵਿੱਚ ਜਿੰਨੀ ਡੈਮੋਕ੍ਰੇਸੀ ਆ ਉਨੇ ਹੋਰ ਤਾਂ ਕਿਸੇ ਦੇਸ਼ ਦੇ ਵਿੱਚ ਹੈ ਹੀ ਨਹੀਂ, ਠੀਕ ਹੈ, ਕਹਿਣ ਦਾ ਮਤਲਬ ਪੋਲਿਟੀ ਦੇ ਵਿੱਚ ਤੁਸੀਂ ਜਿੰਨੇ ਆਰਟੀਕਲ ਹੈ ਇੰਪੋਰਟੈਂਟ ਉਹ ਪੜ੍ਹਨੇ ਆ, ਜਿੰਨੇ ਸਕੈਡਿਊਲ ਆ ਉਹ ਪੜ੍ਹਨੇ ਆ, ਜਿੰਨੇ ਪਾਰਟ ਆ ਉਹ ਪੜ੍ਹਨੇ ਆ, ਠੀਕ ਹੈ, ਉਹੀ ਗੱਲਾਂ ਬਾਤਾਂ ਸਾਰੀਆਂ, ਠੀਕ ਹੈ, ਪ੍ਰੈਜੀਡੈਂਟ ਹੋ ਗਿਆ, ਪ੍ਰਾਈਮ ਮਿਨਿਸਟਰ ਹੋ ਗਿਆ, ਵਾਈਸ ਪ੍ਰੈਜੀਡੈਂਟ ਹੋ ਗਿਆ, ਲੋਕ ਸਭਾ ਹੋ ਗਿਆ, ਰਾਜ ਸਭਾ ਹੋ ਗਿਆ, ਸਾਰਿਆਂ ਬਾਰੇ ਤੁਸੀਂ ਜਾਣਕਾਰੀ ਇਹ ਲੈਣੀ ਹੈ, ਠੀਕ ਹੈ, ਹਾਂ ਬਸ, ਠੀਕ ਹੈ, ਪੇਪਰ ਦਾ ਜਦੋਂ ਸਟੈਂਡਰਡ, ਹਾਂ ਜ਼ਰੂਰ ਹੁੰਦਾ, ਜੇ ਹੁਣ ਕਲਰਕ ਦਾ ਪੇਪਰ ਦੇ ਰਹੇ ਹੋ ਤਾਂ ਉਹਦਾ ਵੀ ਸਟੈਂਡਰਡ ਹੋਊਗਾ, ਥੋੜ੍ਹਾ ਜਿਹਾ ਫਰਕ ਤਾਂ ਪੈਂਦਾ ਹੀ ਹੈ, ਠੀਕ ਹੈ, ਬਟ ਅੱਜ ਕੱਲ੍ਹ ਕੰਪੀਟੀਸ਼ਨ ਦਾ ਦੌਰ ਹੈ, ਤਾਂ ਕੁਛ ਵੀ ਆ ਸਕਦਾ, ਤੁਸੀਂ ਕਦੇ ਵੀ, ਹਾਂ, ਉਸ ਤੋਂ ਬਾਅਦ ਆ ਗਿਆ ਇਨਵਾਇਰਮੈਂਟ ਇਸ਼ੂ ਹੋ ਗਿਆ, ਜਿਵੇਂ ਇਨਵਾਇਰਮੈਂਟ ਇਸ਼ੂ ਤਾਂ ਜੀਓਗ੍ਰਾਫੀ ਬੇਸਿਕਲੀ ਦੇ ਵਿੱਚ ਆ ਸਕਦੀ ਹੈ, ਠੀਕ ਹੈ, ਇਨਵਾਇਰਮੈਂਟ ਅਤੇ ਜੀਓਗ੍ਰਾਫੀ ਆ ਸਕਦੀ ਹੈ, ਉਸ ਤੋਂ ਬਾਅਦ ਸਾਇੰਸ ਐਂਡ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਕਮਿਸਟਰੀ, ਫਿਜਿਕਸ, ਬਾਇਓ ਆ ਗਿਆ, ਠੀਕ ਹੈ, ਉਸ ਤੋਂ ਬਾਅਦ ਹਿਸਟਰੀ ਆਫ ਇੰਡੀਆ, ਹਿਸਟਰੀ ਆਫ ਇੰਡੀਆ, ਤਾਂ ਜਿਹੜੀ ਮੈਂ ਕਰਵਾ ਹੀ ਰਿਹਾ ਬੇਸਿਕਲੀ, ਐਂਸ਼ੀਅਨਟ ਹਿਸਟਰੀ ਕਰਵਾ ਰਿਹਾ, ਮਾਡਰਨ ਹਿਸਟਰੀ ਵੀ ਆ ਸਕਦੀ ਆ, ਸਪੈਸ਼ਲੀ ਇਹਨਾਂ ਨੇ ਲਿਖ ਰੱਖਿਆ ਇੱਥੇ ਇੰਡੀਅਨ ਫਰੀਡਮ ਸਟਰਗਲ ਮੂਵਮੈਂਟ, ਯਾਨੀ ਕਿ 1857 ਤੋਂ ਬਾਅਦ ਕਹਿ ਸਕਦੇ ਹੋ ਤੁਸੀਂ, 1857 ਜਿਹੜੀ ਹੋਈ ਆ ਉਸ ਤੋਂ ਬਾਅਦ ਕਹਿ ਸਕਦੇ, ਜਾਂ ਫਿਰ 1600 ਤੋਂ ਬਾਅਦ ਵੀ ਕਹਿ ਸਕਦੇ ਹੋ, ਕਿਉਂਕਿ ਜਦੋਂ ਈਸਟ ਇੰਡੀਆ ਕੰਪਨੀ ਆਪਣੇ ਐਂਟਰ ਹੋਈ ਹੈ, ਠੀਕ ਹੈ, ਉਸ ਤੋਂ ਬਾਅਦ ਵੀ ਕਹਿ ਸਕਦੇ ਹੋ, ਤਾਂ ਕਹਿਣ ਦਾ ਮਤਲਬ ਇਹ ਮਡੀਵਲ ਅਤੇ ਮਾਡਰਨ ਦਾ ਮਿਕਸਚਰ ਹੋਊਗਾ ਜਿਹੜਾ ਕਿ ਆਊਗਾ। ਰਹੀ ਗੱਲ ਪ੍ਰੀਵੀਅਸ ਪੇਪਰ ਦੀ, ਪ੍ਰੀਵੀਅਸ ਦੇ ਕੁਛ ਕੁਸ਼ਚਨ ਮੈਂ ਪਾ ਵੀ ਦਿੱਤੇ ਸੀਗੇ, ਠੀਕ ਹੈ, ਤੁਸੀਂ ਦੇਖ ਸਕਦੇ ਹੋ, ਜਿੱਦਣ PPSC ਦੀ ਨੋਟੀਫਿਕੇਸ਼ਨ ਆਈ ਸੀ ਮੈਂ ਉਸੇ ਦਿਨ ਹੀ ਕੁਸ਼ਚਨ ਪਾ ਦਿੱਤੇ ਸੀ, 30-35 ਕੁਸ਼ਚਨ, ਜੇ ਤੁਸੀਂ ਪੂਰੇ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ, ਮੈਂ ਪੂਰੇ ਕੁਸ਼ਚਨ ਵੀ ਪਾ ਦੂੰਗਾ GS ਦੇ ਜਿਹੜੇ ਕਿ ਪਿਛਲੀ ਵਾਰ ਆਏ ਆ, ਉਹ ਵੀ ਮੇਰੇ ਕੋਲ ਪੂਰਾ ਪੇਪਰ ਪਿਆ ਗਾ, ਠੀਕ ਹੈ, ਤਾਂ ਮੈਂ ਪੂਰੇ ਕੁਸ਼ਚਨ ਵੀ ਪਾ ਦੂੰਗਾ। ਬਟ ਮੈਂ ਤੁਹਾਨੂੰ ਇੱਕ ਗੱਲ ਹਜੇ ਵੀ ਤੁਹਾਨੂੰ ਫਿਰ ਉਹ ਰਹਿ ਦਿੰਦਾ ਕਿ ਇਹੀ ਆ ਜਿਹੜੀ ਵੀ ਤੁਹਾਡੇ ਕੋਲ ਬੁੱਕ ਪਈ ਆ ਉਹ ਤੁਸੀਂ ਕੰਪਲੀਟ ਕਰੋ, ਅਤੇ ਬਾਕੀ ਜਿਨ੍ਹਾਂ ਨੇ ਹੁਣੇ ਵੀਡੀਓ ਦੇਖ ਲਈ ਅਤੇ ਜਿਨ੍ਹਾਂ ਨੇ ਸੁਣ ਲਈ, ਮੈਂ ਉਹਨਾਂ ਨੂੰ ਇੱਕ ਹੀ ਰਾਏ ਦਿੰਦਾ ਕਿ ਤੁਸੀਂ ਜਿੱਥੇ ਵੀ ਪੜ੍ਹ ਰਹੇ ਹੋ, ਜਿਹੜੇ ਵੀ ਕੋਚਿੰਗ ਸੈਂਟਰ ਦੇ ਪੜ੍ਹ ਰਹੇ ਹੋ, ਉਹਨਾਂ ਦਾ ਡਾਟਾ ਜਿਹੜਾ ਕੁਛ ਤੁਹਾਨੂੰ ਪੜ੍ਹਾ ਰਿਹਾ ਉਹ ਪੜ੍ਹੋ, ਅਤੇ ਜਿਹੜੀ ਵੀ ਤੁਹਾਡੇ ਕੋਲ ਬੁੱਕ ਪਈ ਆ ਉਹ ਪੜ੍ਹੋ, ਇਨਾਫ ਹੈ, ਠੀਕ ਹੈ। ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਘਰ ਬਹਿ ਕੇ ਪੜ੍ਹਨਾ, ਜਿਨ੍ਹਾਂ ਵਾਸਤੇ ਯੂਟਿਊਬ ਚੈਨਲ ਕੀ ਆ, ਅਸਲ ਯੂਟਿਊਬ ਚੈਨਲ ਹੈਗਾ ਜਿਹੜੇ ਕੋਚਿੰਗ ਸੈਂਟਰ ਨਹੀਂ ਜਾ ਸਕਦੇ, ਜਾਂ ਇਹ ਕਹਿ ਲਓ ਜਿਨ੍ਹਾਂ ਨੇ ਕੋਚਿੰਗ ਸੈਂਟਰ ਕੰਪਲੀਟ ਕਰ ਲਿਆ ਅਤੇ ਹੁਣ ਘਰ ਬੈਠੇ ਆ, ਠੀਕ ਹੈ, ਉਹਨਾਂ ਵਾਸਤੇ ਹੁੰਦਾ ਹੈ ਫਰੀ ਚੈਨਲ ਹੁੰਦਾ ਗਾ, ਠੀਕ ਹੈ, ਜਿਹਦੇ ਵਿੱਚ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਗਾ, ਨੈੱਟ ਦੇ ਜ਼ਰੂਰ ਪੈਸੇ ਲੱਗਦੇ ਹੈਗੇ, ਠੀਕ ਹੈ, ਤਾਂ ਕਹਿਣ ਦਾ ਮਤਲਬ ਜਿਹੜੇ ਕਿ ਕੰਟੈਂਟ ਆ, ਜਿਵੇਂ ਹੁਣ ਮੈਂ ਚਲਾਇਆ ਚੈਨਲ, ਇਹਦੇ ਵਿੱਚ ਮੈਂ ਜਿਹੜਾ ਕਿ ਬੇਸਿਕਲੀ ਹਰੇਕ ਯੂਟਿਊਬਰ ਦਾ ਥੀਮ ਹੁੰਦਾ, ਕਿ ਮੇਰੇ ਚੈਨਲ ਦਾ ਥੀਮ ਸਿਰਫ ਇਹੀ ਆ ਕਿ ਜਿਹੜੀਆਂ ਵੀ ਤੁਹਾਡੇ ਕੋਲ ਬੁੱਕਸ ਪਈਆਂ ਮੈਂ ਉਹਨਾਂ ਨੂੰ ਕੰਪਲੀਟ ਕਰਵਾਉਣਾ, ਠੀਕ ਹੈ, ਹੁਣ ਜਿਹੜੀਆਂ ਮੈਂ ਬੁੱਕਸ ਕਰਵਾ ਰਿਹਾ ਉਹਨਾਂ ਦੇ ਵਿੱਚੋਂ ਮੈਂ ਗਰੰਟੀ ਲੈਣਾ। ਇੱਕ ਤਾਂ ਬੰਦਾ ਕਹਿ ਦੂਗਾ ਕਿ 100 ਕੁਸ਼ਚਨ ਕਰਾਊਂਗਾ, ਮੈਂ ਗਰੰਟੀ ਲੈਣਾ ਨਾ 100 ਚੋਂ ਆਊਗਾ, ਮੈਂ ਕਿਸੇ ਚੀਜ਼ ਦੀ, ਪਹਿਲੀ ਗੱਲ ਤਾਂ ਕਿ ਆਪਦੇ 100 ਕੁਸ਼ਚਨਾਂ ਦੀ ਗਰੰਟੀ ਮੈਂ ਨਹੀਂ ਲੈ ਸਕਦਾ ਕਿ ਇੰਨਾ 100 ਚੋਂ ਹੀ ਆਊਗਾ, ਠੀਕ ਹੈ, ਮੈਂ ਤਾਂ ਸਾਰੀ ਕਿਤਾਬ ਹੀ ਕਰਵਾ ਦੂੰ, ਅਤੇ ਸਾਰੀ ਕਿਤਾਬ ਕਰਨ ਦਾ ਹਾਈ ਅੱਜ ਕੱਲ੍ਹ ਕੰਪੀਟੀਸ਼ਨ ਹੈ। ਫਿਰ ਬੰਦਾ ਕਹਿੰਦਾ ਮੈਂ ਇੱਕ ਨੰਬਰ 'ਤੇ ਰਹਿ ਗਿਆ, ਮੈਂ 2 ਨੰਬਰ 'ਤੇ ਰਹਿ ਗਿਆ, ਜਦੋਂ ਤੁਸੀਂ ਸਾਰੀ ਕਿਤਾਬ ਪੜ੍ਹ ਲਈ ਨਾ, ਸਾਰੀ ਕਿਤਾਬ ਨੂੰ ਹੀ ਜਦੋਂ ਤੁਸੀਂ 7-8 ਵਾਰੀ ਪੜ੍ਹਤਾ, ਤਾਂ ਇਹ ਕਿਵੇਂ ਹੋ ਸਕਦਾ ਕਿ ਉਹਦੇ 'ਚੋਂ ਬਾਹਰ ਆ ਜੂਗਾ, ਠੀਕ ਹੈ। ਤਾਂ ਕਹਿਣ ਦਾ ਮਤਲਬ ਤੁਸੀਂ ਬੁੱਕਸ ਕੰਪਲੀਟ ਕਰੋ, ਅੱਜ ਦਾ ਜ਼ਮਾਨਾ ਇਹੀ ਕਹਿੰਦਾ, ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਤੁਸੀਂ ਛੱਡ ਸਕਦੇ ਸੀ, ਨਾਲੇ ਛੱਡਣ ਛੱਡਣ ਵਾਲੀਆਂ ਗੱਲਾਂ ਤਾਂ ਇਹ ਗਈਆਂ। +1 +2 'ਚ ਹੁੰਦੇ ਸੀ ਜਦੋਂ ਆਪਾਂ ਇੰਪੋਰਟੈਂਟ ਮਾਡਲ ਟੈਸਟ ਪੇਪਰ ਕਰਦੇ ਸੀ, ਤਾਂ +1 +2 ਤੋਂ ਉਸੇ 'ਚ ਹੀ ਆ ਜਾਂਦਾ ਸੀਗਾ, 10ਵੀਂ ਤੱਕ ਵੀ ਉੱਥੇ ਤੋਂ ਮਾਡਲ ਟੈਸਟ ਪੇਪਰ ਹੀ ਕਰਦੇ ਰਹੇ ਸੀ, ਠੀਕ ਹੈ, ਉਹ 'ਚ 90% ਜਵਾਕਾਂ ਦੇ ਨੰਬਰ ਆਉਂਦੇ ਅੱਜ ਕੱਲ੍ਹ, ਤਾਂ ਆਉਂਦਾ ਉਹਨਾਂ ਨੂੰ ਕੱਖ ਨਹੀਂ,
ਠੀਕ ਹੈ, ਇਹ ਰਿਐਲਿਟੀ ਹੈ, ਤਾਂ ਹੀ ਪੇਪਰ ਨਹੀਂ ਲੰਘਦੇ। ਠੀਕ ਹੈ, ਇਹ ਰਿਐਲਿਟੀ ਹੈ, ਕਿਉਂਕਿ ਬੇਸਿਕ ਨਹੀਂ ਹੈਗਾ, ਬੇਸਿਕ ਕਨਸੈਪਟ ਜਿੰਨਾ ਚੱਕਰ ਤੁਹਾਡੇ ਕੋਲ ਨਹੀਂ ਹੋਊਗਾ ਉਨਾ ਚੱਕਰ ਐਨ ਸੀ ਆਰ ਟੀ ਪੜ੍ਹੋ ਜਿਹਦੇ ਕੋਲ ਹੈਗੀ ਆ, ਜੇ ਪਈ ਹੈ ਐਨ ਸੀ ਆਰ ਟੀ, ਠੀਕ ਹੈ, ਅਤੇ ਨਹੀਂ ਜਿਹੜੀਆਂ ਬੁੱਕਸ ਵੀ ਪਈਆਂ ਹੈਗੀਆਂ ਉਹਨਾਂ ਤੋਂ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਿੰਨਾ ਵੀ ਮੈਂ ਡਿਟੇਲ ਦੇ ਵਿੱਚ ਜਿੰਨਾ ਵੀ ਡੀਪਲੀ ਜਾ ਸਕਾਂ ਮੈਂ, ਠੀਕ ਹੈ, ਉਨਾ ਹੀ ਜਾਣਾ ਮੈਂ, ਠੀਕ ਹੈ, ਅਤੇ ਜਿੰਨਾ ਐਗਜ਼ਾਮ ਵਾਸਤੇ ਇੰਪੋਰਟੈਂਟ ਆ ਤੁਹਾਨੂੰ। ਠੀਕ ਹੈ, ਬਾਕੀ ਹੋਰ ਗੱਲ ਜਿਵੇਂ ਕਿ ਮੈਂ ਹੁਣ ਦੱਸ ਹੀ ਦਿੰਦਾ ਕਿ ਲੂਸੈਂਟ ਦੀ ਜਿਵੇਂ ਬੁੱਕ ਹੈ ਓਬਜੈਕਟਿਵ, ਜੇ ਹੁਣ ਜਿਹਦੇ ਕੋਲ ਤਾਂ ਕਿਤਾਬ ਹੈ ਹੀ ਨਹੀਂ, ਠੀਕ ਹੈ, ਇੱਕ ਤਾਂ ਲੂਸੈਂਟ ਦੀ ਬੁੱਕ ਆਉਂਦੀ ਹੈ ਜਿਹਦੇ ਵਿੱਚ IAS ਤੋਂ ਲੈ ਕੇ ਹਰ ਸਟੇਟ ਦੇ PSC ਦਾ, SSC ਦਾ, ਜਿੰਨੇ ਵੀ ਐਗਜ਼ਾਮ ਹੁੰਦੇ ਆ, NDA ਵਗੈਰਾ, CDS ਵਗੈਰਾ, ਹਰੇਕ ਉੱਥੇ ਕੁਸ਼ਚਨ ਅਵੇਲੇਬਲ ਹੈ, ਇਕੱਲਾ ਇਕੱਲਾ ਟੋਪਿਕ ਅਵੇਲੇਬਲ ਹੈ। ਠੀਕ ਹੈ, ਤੁਸੀਂ ਲੂਸੈਂਟ ਓਬਜੈਕਟਿਵ ਦੀ ਬੁੱਕ ਲੈ ਸਕਦੇ ਹੋ, ਲੂਸੈਂਟ ਓਬਜੈਕਟਿਵ, ਜਿਹੜਾ ਕਿ ਮੈਂ ਪਹਿਲਾਂ ਵੀ ਬੁੱਕਸ ਦੀਆਂ ਵੈਸੇ ਵੀਡੀਓ ਪਾ ਚੁੱਕਿਆ, ਤੁਸੀਂ ਦੇਖ ਲਿਓ, ਲੂਸੈਂਟ ਓਬਜੈਕਟਿਵ GS ਵਾਸਤੇ ਵਧੀਆ ਗੀ। ਅਤੇ ਜਾਂ ਫਿਰ ਆਉਂਦੀ ਹੈ ਇੱਕ ਅਰਿਹੰਤ ਦੀ, ਅਰਿਹੰਤ ਦੀਆਂ ਵੀ ਦੋ ਤਰ੍ਹਾਂ ਦੀਆਂ ਆਉਂਦੀਆਂ, ਇੱਕ SSC ਦੀ ਆਉਂਦੀ ਹੈ, ਇੱਕ ਆਉਂਦੀ ਆ PCS ਲੈਵਲ ਦੀ ਜਾਂ IAS ਲੈਵਲ ਦੀ ਕਹਿ ਸਕਦੇ ਹੋ, ਜਿਹੜੀ ਕਿ SSC ਲੈਵਲ ਦੀ, ਉਹਦੇ ਵਿੱਚ 5000 ਕੁਸ਼ਚਨ ਆ, ਅਤੇ ਜਿਹੜੇ ਹੈਗੀ IAS ਲੈਵਲ ਦੀ ਆ ਉਹਦੇ ਵਿੱਚ 14000 ਕੁਸ਼ਚਨ ਆ। ਫਰਕ ਕੀ ਆ ਦੋਨਾਂ ਦੇ ਵਿੱਚ? SSC ਵਾਲੇ ਦੇ ਵਿੱਚ ਸਿਰਫ SSC ਆ, ਅਤੇ IAS ਵਾਲੇ ਦੇ ਵਿੱਚ ਜਿੰਨੇ IAS UPSC ਦੇ ਵਿੱਚ ਆਏ ਹੋਏ ਕੁਸ਼ਚਨ, PCS ਦੇ ਵਿੱਚ ਆਏ ਹੋਏ ਕੁਸ਼ਚਨ, ਸਟੇਟ PCS ਦੇ ਵਿੱਚ ਆਏ ਹੋਏ ਕੁਸ਼ਚਨ, 14000 ਤਾਂ ਹੀ ਆ। ਠੀਕ ਹੈ, ਬਟ ਕੰਟੈਂਟ ਸਿਲੇਬਸ ਦੋਨਾਂ ਦਾ ਸੇਮ ਹੈ, ਬਿਲਕੁਲ ਸੇਮ ਹੈ। ਠੀਕ ਹੈ, ਅਤੇ ਜੇ ਕਿਸੇ ਕੋਲ ਨਹੀਂ ਹੈਗੀ ਤਾਂ ਲਿਆਉਣ ਦੀ ਲੋੜ ਵੀ ਨਹੀਂ। ਠੀਕ ਹੈ, ਜੇ ਕਿਸੇ ਕੋਲ ਹੋਰ ਕੋਈ ਪਈ ਹੈ, ਕਿਉਂਕਿ ਉਹ ਕਿਤਾਬਾਂ ਮੇਰੇ ਕੋਲ ਪਈਆਂ ਆਲਰੇਡੀ, ਅਤੇ ਮੈਂ ਕਰਵਾਊਂਗਾ, ਇੱਥੇ ਹੀ ਕਰਵਾਊਂਗਾ, ਡੇਲੀ ਕਰਵਾਊਂਗਾ। ਠੀਕ ਹੈ, ਅਤੇ ਬਾਕੀ ਇੱਕ ਹੀ ਇੱਕ ਤੁਹਾਨੂੰ ਗੁਜ਼ਾਰਿਸ਼ ਆ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਦੇ ਫਰੈਂਡਸ ਨਾਲ, ਮੈਨੂੰ ਇੱਥੇ ਭੀੜ ਚਾਹੀਦੀ ਹੈ। ਜੇ ਭੀੜ ਹੋਊਗੀ ਨਾ ਤਾਂ ਭੀੜ ਯਾਨੀ ਕਿ ਜ਼ਿਆਦਾ ਕੁਸ਼ਚਨ ਪੁੱਛੋਗੇ, ਜਿੰਨੇ ਕੁਸ਼ਚਨ ਜ਼ਿਆਦਾ ਪੁੱਛੋਗੀ ਉਨਾ ਹੀ ਮੈਂ ਸਤਰਕ ਹੋਊਗਾ, ਉਨਾ ਹੀ ਜਿੰਨਾ ਮੈਂ ਸਤਰਕ ਹੋਊਗਾ ਉਨਾ ਹੀ ਮੈਂ ਜ਼ਿਆਦਾ ਵੀਡੀਓ ਪਾਊਂਗਾ, ਉਨੀਆਂ ਹੀ ਤੁਹਾਡੀਆਂ ਕੁਐਰੀਜ਼ ਜਿੰਨੀਆਂ ਵੀ ਹੋਣਗੀਆਂ, ਪ੍ਰੋਬਲਮਸ ਹੋਣਗੀਆਂ, ਉਹ ਮੈਂ ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ, ਅਤੇ ਆਪਾਂ ਇਹ ਪੇਪਰ ਨੂੰ ਕੱਢ ਕੇ ਲੈ ਜਾਣਾ। ਠੀਕ ਹੈ, ਪਰ ਜਿਹੜਾ ਜਿਹੜਾ ਪੜ੍ਹਾਈ ਗਿਆ ਉਹੀ ਉਹੀ ਪੜ੍ਹੀ ਜਾਣਾ, ਨਾਲ ਨਾਲ ਇੱਕ ਹੀ ਹੈ ਜਿਹੜੀ ਸਾਰ ਨਾਲੋਂ ਟੌਪ ਦੀ ਰਾਏ ਆ, ਉਹ ਇਹੀ ਆ ਕਿ ਜਿੰਨੇ ਚੱਕਰ ਤੁਸੀਂ ਰਿਪੀਟ ਨਹੀਂ ਕਰੋਗੇ ਨਾ ਉਨਾ ਚੱਕਰ ਕੋਈ ਫਾਇਦਾ ਨਹੀਂ, ਜਿੰਨਾ ਚੱਕਰ ਤੁਸੀਂ ਇੱਕ ਕਿਤਾਬ ਨੂੰ ਹੀ 7 ਵਾਰੀ ਨਾ ਪੜ੍ਹਤਾ ਉਨਾ ਚੱਕਰ ਕੋਈ ਫਾਇਦਾ ਨਹੀਂ। ਠੀਕ ਹੈ, ਯਾਨੀ ਕਿ ਕਿਤਾਬ ਨੂੰ ਪੜ੍ਹਨਾ, ਪੜ੍ਹਨ ਦੇ ਨਾਲ ਨਾਲ ਤੁਸੀਂ ਖਾਣਾ ਹੈ, ਯਾਨੀ ਕਿ ਇੱਕ ਇੱਕ ਅੱਖਰ ਖਾਣਾ ਹੈ, ਯਾਨੀ ਕਿ ਜੇ ਤੁਹਾਡੇ ਤੋਂ ਕੁਸ਼ਚਨ ਪੁੱਛ ਲਿਆ ਜਾਵੇ ਤਾਂ ਤੁਹਾਡੇ ਉਹ ਪੁਜੀਸ਼ਨ ਯਾਦ ਹੋਣੀ ਚਾਹੀਦੀ ਕਿ ਕੁਸ਼ਚਨ ਪਿਆ ਕਿੱਥੇ ਹੈ। ਠੀਕ ਹੈ, ਅੱਜ ਦਾ ਜ਼ਮਾਨਾ ਇਹੀ ਕਹਿੰਦਾ ਗਾ। ਠੀਕ ਹੈ, ਬਾਕੀ ਮੈਂ ਬਹੁਤ ਵੀਡੀਓ ਲੈ ਕੇ ਆਊਂਗਾ, ਹਜੇ ਮੇਰੀ ਆ ਇਹ ਚੈਨਲ ਨਵਾਂ ਹੈਗਾ, ਮੈਨੂੰ ਥੋੜ੍ਹਾ ਜਿਹਾ ਹਿਸਾਬ ਕਿਤਾਬ ਯੂਟਿਊਬ ਦਾ ਘੱਟ ਆ ਰਿਹਾ ਕਿ ਕਿਵੇਂ ਮੈਂ ਕੰਟੈਂਟ ਲੈ ਕੇ ਆਵਾਂ, ਜਾਂ ਮੈਂ ਹਜੇ ਥੋੜ੍ਹਾ ਜਿਹਾ ਹਿਸਾਬ ਕਿਤਾਬ ਰਹਿ ਜਾਂਦਾ ਪਿੱਛੇ ਥੋੜ੍ਹਾ ਜਿਹਾ। ਠੀਕ ਹੈ, ਬਾਕੀ ਮੈਂ ਬਹੁਤ ਵੀਡੀਓ ਇਕੱਲਾ ਹੀ ਪਾ ਰਿਹਾ ਫਿਲਹਾਲ, ਬਾਕੀ ਮੈਂ ਆਪਣੇ ਹੋਰ ਫਰੈਂਡ ਸਾਥੀ ਭਾਲ ਰਿਹਾ ਜਿਹੜੇ ਵਧੀਆ ਟੀਚਰ ਆ, ਮੈਨੂੰ ਪਤਾ ਹੈਗੇ ਵੀ ਆ, ਬਟ ਉਹਨਾਂ ਕੋਲ ਥੋੜ੍ਹਾ ਜਿਹਾ ਟਾਈਮ ਹੈ ਨਹੀਂ ਗਾ, ਹੋਰ ਕਿਤੇ ਪੜ੍ਹਾ ਰਹੇ ਆ, ਤਾਂ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਆਪਦੇ ਚੈਨਲ 'ਤੇ ਲੈ ਕੇ ਆਵਾਂ, ਹੋਰ ਉਹ ਤੁਹਾਨੂੰ ਵਧੀਆ ਤੋਂ ਵਧੀਆ ਮੈਂ ਇੱਥੇ ਚੈਨਲ 'ਤੇ ਤੁਹਾਨੂੰ ਸਟੱਡੀ ਕਰਵਾਊਂਗਾ। ਠੀਕ ਹੈ, ਬਾਕੀ ਜਿਹੜੇ ਹੁਣ ਮੈਂ ਮੌਕ ਟੈਸਟ ਸਟਾਰਟ ਕੀਤੇ ਆ ਸਪੈਸ਼ਲ PPSC ਦੇ ਕਣਗੋ ਵਾਸਤੇ, ਉਹ ਮੌਕ ਟੈਸਟ ਵੀ ਕੋਈ ਆਏ ਨਹੀਂ ਹੈਗੇ ਕਿ ਮੈਂ ਹੀ ਚੁਣਿਆ, ਉਹ ਵੀ ਮੇਰੇ ਕੋਲ ਬੁੱਕਸ ਪਈਆਂ, ਮੈਂ ਉਹਨਾਂ ਦੇ ਵਿੱਚੋਂ ਹੀ ਮੌਕ ਟੈਸਟ ਤਿਆਰ ਕਰ ਰਿਹਾ। ਠੀਕ ਹੈ ਨਾ, ਚੁਣ ਚੁਣ ਕੇ ਤਿਆਰ ਕਰ ਦਾਂਗਾ ਕਿ ਹਾਂ ਇਹ ਕੁਸ਼ਚਨ ਬਹੁਤ ਇੰਪੋਰਟੈਂਟ ਬਣਦੇ ਹੈਗੇ ਜਿਹੜੇ ਐਗਜ਼ਾਮ ਦੇ ਰਿਗਾਰਡਿੰਗ ਆ ਵੀ ਸਕਦੇ ਆ। ਕਣਗੋ ਦਾ ਪੇਪਰ ਵੀ ਹੈ, PPSC ਦਾ ਪੇਪਰ ਵੀ ਹੈ, ਜਿੰਨੇ ਵੀ ਪੰਜਾਬ ਦੇ ਪੇਪਰ ਆ, ਜਿੰਨਾ ਪੜ੍ਹਦੇ ਜਾਓਗੇ ਉਨਾ ਹੀ ਘੱਟ ਹੈ। ਪੜ੍ਹਦੇ ਜਾਓ, ਪੜ੍ਹਦੇ ਜਾਓ, ਪੜ੍ਹਦੇ ਜਾਓ, ਤੁਹਾਨੂੰ ਕਦੇ GS ਤਾਂ ਮੁੱਕਣੀ ਨਹੀਂ, GS ਤਾਂ ਤੁਸੀਂ ਕਦੇ ਮੁਕਾ ਹੀ ਨਹੀਂ ਸਕਦੇ। ਠੀਕ ਹੈ, ਜਿਵੇਂ ਅੱਜ ਵੀ ਕਹਿੰਦਾ ਨਾ, ਜਿੰਨਾ ਮੇਰਾ ਕੰਟੈਂਟ ਆ ਤੁਸੀਂ ਉਹੀ ਪੜ੍ਹ ਕੇ ਜਾਵੜੋ, ਅਤੇ ਉਹ 'ਚੋਂ ਸਾਰਾ ਜੋ ਨਹੀਂ ਆਉਂਦਾ। ਠੀਕ ਹੈ, 100% ਗਰੰਟੀ ਦੇ ਮਤਲਬ ਇਹ ਹੁੰਦਾ ਵੀ ਜੇ ਤੁਸੀਂ ਇਹ ਕਰ ਲਿਆ ਤਾਂ ਤੁਹਾਡਾ ਪੇਪਰ ਕਲੀਅਰ ਹੋ ਜੂਗਾ, ਕਿਉਂਕਿ 70% ਆਪਾਂ ਨੂੰ ਚਾਹੀਦੇ ਹੁੰਦੇ ਆ, 70% ਜਿਹਦੇ ਨੰਬਰ ਆ ਗਏ, ਠੀਕ ਆ, ਉਹ ਪੇਪਰ ਕਲੀਅਰ ਕਰ ਜੂਗਾ। 70-80% ਦੇ ਵਿੱਚ ਵਿੱਚ ਨੰਬਰ ਕੱਟ ਆਫ ਜਾਂਦੀ ਹੁੰਦੀ ਆ, ਹਮੇਸ਼ਾ ਉੱਥੇ ਹੀ ਨੰਬਰ ਚਾਹੀਦੇ ਹੁੰਦੇ ਆ, ਉਨਾ ਹੀ ਆਉਣੇ ਔਖੇ ਹੁੰਦੇ ਆ। ਠੀਕ ਹੈ, 100% ਕੋਈ ਨਹੀਂ ਹੁੰਦਾ, 100% ਤਾਂ ਜਿਹੜੇ ਪੇਪਰ ਪਾਈ ਜਾਂਦੇ 100% ਉਹਨਾਂ ਨੂੰ ਵੀ ਨਹੀਂ ਆਉਂਦਾ। ਠੀਕ ਹੈ, 100% GK 'ਚ ਕੋਈ ਨਹੀਂ ਹੋ ਸਕਦਾ, GK ਤਾਂ ਜਿੱਥੋਂ ਮਰਜ਼ੀ ਆ ਸਕਦੇ, GK ਤਾਂ ਇੱਕ ਪਹਾੜ ਹੈ। ਠੀਕ ਹੈ ਨਾ, ਅਤੇ ਉਹ ਪਹਾੜ 'ਤੇ ਆਪਾਂ ਨੂੰ ਚੱਲਣਾ ਆਉਣਾ ਚਾਹੀਦਾ, ਪਹਾੜ ਨੂੰ ਤੁਸੀਂ ਖਾ ਤਾਂ ਸਕਦੇ ਨਹੀਂ, ਪਹਾੜ ਨਹੀਂ ਕਦੇ ਖਤਮ ਹੁੰਦਾ, ਆਸਮਾਨ ਵੀ ਕਦੇ ਖਤਮ ਹੋਇਆ, ਸਮੁੰਦਰ ਵੀ ਕਦੇ ਖਤਮ ਹੋਇਆ। ਠੀਕ ਹੈ, ਤਾਂ ਕਰਕੇ ਆ ਵੀ ਤੁਸੀਂ ਪੜ੍ਹਦੇ ਰਹੋ, ਸਿਲੇਬਸ ਤੁਸੀਂ ਪੁੱਛ ਲਿਆ, ਮੈਂ ਸਿਲੇਬਸ ਬਾਰੇ ਜਾਣਕਾਰੀ ਮੈਨੂੰ ਨਹੀਂ ਪਤਾ ਮੈਂ ਇੰਨੀ ਦੇ ਸਕਿਆ ਕਿ ਨਹੀਂ ਦੇ ਸਕਿਆ, ਬਟ ਇੱਕ ਗੱਲ ਤੁਹਾਨੂੰ ਰਾਏ ਦੇ ਦਿੰਦਾ ਕਿ ਜਿਹੜਾ ਇਹ ਸਿਲੇਬਸ ਲਿਖਿਆ ਇਹ ਇਕੱਲਾ ਇਕੱਲਾ ਮੈਂ ਇਹ ਤਾਂ ਮੈਂ ਕਰਾ ਦੂੰ। ਠੀਕ ਹੈ, ਜੇ ਤੁਹਾਨੂੰ ਐਂ ਲੱਗਦਾ ਕਿ ਇਹ ਤਾਂ ਅਸੀਂ ਕਰ ਲਈਏ, ਇਹ ਤਾਂ ਮੈਂ ਇਕੱਲਾ ਇਕੱਲਾ ਕਰਵਾ ਦੂੰ, ਤੁਹਾਡੇ ਇਕਨੋਮਿਕਸ ਹੁਣ ਪੋਲਿਟੀ ਦੀ ਸਟਾਰਟ ਮੈਂ ਕਰ ਦੇਣੀ ਹੈ, ਵੈਸੇ ਪੋਲਿਟੀ ਦਾ ਮੈਂ ਇੱਕ ਹੀ ਹਜੇ MCQ ਪਾਇਆ ਸੀਗਾ ਪਹਿਲਾ ਪਾਰਟ, ਹਜੇ ਫਿਲਹਾਲ ਜਿਹੜੀ ਐਨਸ਼ੀਅੰਟ ਹਿਸਟਰੀ ਆ, ਹਿਸਟਰੀ ਦੇ ਕਾਫੀ ਪਾਰਟ ਆ ਚੁੱਕਾ, ਤੁਸੀਂ ਦੇਖ ਲਿਓ,
ਠੀਕ ਹੈ, ਅਤੇ ਉਹ ਮੈਂ ਲੂਸੈਂਟ ਓਬਜੈਕਟਿਵ 'ਚੋਂ ਪਹਿਲਾਂ ਮੈਂ ਥਿਊਰੀ ਕਰਵਾਉਣਾ। ਅਤੇ ਹਾਂ ਇੱਕ ਗੱਲ ਹੋਰ ਆ, ਕਦੇ ਵੀ ਜਦੋਂ ਕੁਸ਼ਚਨ ਤੁਸੀਂ ਕਰਨੇ ਆ ਤਾਂ ਹਮੇਸ਼ਾ ਪਹਿਲਾਂ ਥਿਊਰੀ ਪੜ੍ਹੋ, ਹਮੇਸ਼ਾ ਥਿਊਰੀ ਪੜ੍ਹੋ। ਅਤੇ ਇੱਕ ਗੱਲ ਹੋਰ ਆ, ਮੈਨੂੰ ਕਮੈਂਟ ਵੀ ਆਏ ਸੀਗੇ ਕਿ ਸਰ ਤੁਸੀਂ ਵੀਡੀਓ ਥੋੜ੍ਹੀ ਛੋਟੀ ਪਾਇਆ ਕਰੋ, ਤਾਂ ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਦਾ। ਉਹ ਵੀ ਕਮੈਂਟ ਆਇਆ ਸੀਗਾ ਜਿਹੜੀ 12 ਮਿੰਟ ਦੀ ਵੀਡੀਓ ਸੀਗੀ, ਉਸ 'ਤੇ ਆਇਆ ਸੀਗਾ 12 ਜਾਂ 13 ਮਿੰਟ ਦੀ। ਹੁਣ ਮੈਨੂੰ ਐਂ ਦੱਸ ਦਿਉ ਵੀ 12 ਮਿੰਟ ਤੋਂ ਛੋਟੀ ਵੀਡੀਓ ਮੈਂ ਪਾ ਦਿਆ ਕਰਾਂ? ਮੈਂ ਤੈਨੂੰ ਪਹਿਲਾਂ ਦੱਸ ਦਿੰਦਾ ਕਿ ਮੈਂ ਕੋਈ ਫਾਇਦਾ ਚੱਕਣ ਨਹੀਂ ਆਇਆ, ਠੀਕ ਹੈ, ਕਿਸੇ ਦਾ ਵੀ। ਮੈਂ ਯਾਨੀ ਕਿ ਤੁਹਾਨੂੰ ਮੇਰੀ ਥੋੜ੍ਹੀ ਜਿਹੀ ਆਵਾਜ਼ ਕੌੜੀ ਲੱਗਦੀ ਹੋਊ, ਪਰ ਮੈਂ ਜੈਨੂਅਲੀ ਕਹਿ ਰਿਹਾ, ਜੇ ਤੁਹਾਨੂੰ 6 ਮਿੰਟਾਂ ਦੀ ਵੀਡੀਓ ਚਾਹੀਦੀ ਹੈ ਨਾ, ਤਾਂ ਉਹਦੇ ਵਿੱਚ ਤੁਹਾਨੂੰ ਕੱਖ ਨਹੀਂ ਮਿਲਣਾ, ਕੱਖ ਨਹੀਂ ਮਿਲਣਾ। ਮੈਂ ਯਾਨੀ ਕਿ ਹੁਣ ਮੈਂ ਉਹ ਵਰਡਿੰਗ ਨਹੀਂ ਬੋਲਣਾ ਚਾਹੁੰਦਾ ਵੀ ਤੁਹਾਡਾ ਉਹ ਖਿੱਚਿਆ ਜਾਣਾ, ਕੋਈ ਫਾਇਦਾ ਨਹੀਂ, ਠੀਕ ਹੈ। 6 ਮਿੰਟਾਂ ਦੀ ਵੀਡੀਓ ਵਿੱਚ ਮੈਂ ਜੇ ਤੁਹਾਨੂੰ 10 ਕੁਐਸਚਨ ਪਾ ਵੀ ਦਿੱਤੇ ਨਾ ਅਤੇ ਉਹਦੇ ਆਨਸਰ ਪਾ ਦਿੱਤੇ, ਤਾਂ ਨਾ ਉਹਦੇ ਵਿੱਚੋਂ ਕੱਖ ਆਵੇ, ਤੁਹਾਡਾ ਟਾਈਮ ਵੇਸਟ ਅਤੇ ਮੇਰਾ ਟਾਈਮ ਵੇਸਟ, ਮੇਰਾ 6 ਮਿੰਟ ਗਏ ਮੇਰੇ, ਉਹ 6 ਮਿੰਟ ਬਣਾਉਣ 'ਤੇ ਮੈਂ ਅੱਧਾ ਘੰਟਾ ਲਾ ਦੂੰਗਾ ਅਤੇ ਤੁਸੀਂ ਉਹ ਆਪਦੇ 6 ਦੇ 6 ਮਿੰਟ ਤੁਸੀਂ ਵੇਸਟ ਕਰ ਲਉਂਗੇ, ਠੀਕ ਹੈ। ਇਹ ਜੈਨੂਨ ਗੱਲ ਹੈ, ਠੀਕ ਹੈ। ਮੈਂ ਜੇ ਅੱਧੇ ਘੰਟੇ ਦੀ ਵੀਡੀਓ ਪਾ ਰਿਹਾ ਤਾਂ ਮੇਰਾ ਉਹਦੇ ਵਿੱਚ 2 ਘੰਟੇ ਹੁੰਦੇ ਆ, ਠੀਕ ਹੈ। ਤਾਂ ਮੈਂ ਕੋਈ ਪਾਗਲ ਨਹੀਂ ਵੀ 2 ਘੰਟੇ ਲਾ ਕੇ ਮੈਂ ਅੱਧੇ ਘੰਟੇ ਦੀ ਵੀਡੀਓ ਜਾਂ 35 ਮਿੰਟ ਦੀ ਵੀਡੀਓ ਬਣਾ ਰਿਹਾ, ਅਤੇ ਉਹ 35 ਮਿੰਟ ਦੇ ਵਿੱਚ ਮੈਂ ਇੰਨੀ ਜ਼ਿਆਦਾ ਕੋਸ਼ਿਸ਼ ਕਰ ਦਾਂਗਾ ਕਿ ਮੈਂ ਤੁਹਾਨੂੰ ਘੰਟੇ ਦਾ ਮਟੀਰੀਅਲ ਦੇ ਜਾਂ, ਠੀਕ ਹੈ, ਨਾ ਕਿ 35 ਮਿੰਟ ਦੇ ਵਿੱਚ 6 ਮਿੰਟ ਦਾ ਮਟੀਰੀਅਲ ਹੁੰਦਾ ਗਾ, ਠੀਕ ਹੈ। ਤਾਂ ਕਹਿਣ ਦਾ ਮਤਲਬ ਤੁਸੀਂ ਮੈਨੂੰ ਨਾ ਕਹੋ ਕਿ ਸਰ ਵੀਡੀਓ ਘੱਟ ਬਣਾਓ, ਘੱਟ ਮਿੰਟ ਦੀ ਬਣਾਓ। ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਆਪਦਾ ਵੱਧ ਟਾਈਮ ਕਰੋ, ਠੀਕ ਹੈ, ਤੁਸੀਂ ਆਪਦੇ ਵੱਧ ਟਾਈਮ ਪੜ੍ਹੋ, ਠੀਕ ਹੈ। ਤੁਹਾਡੇ ਤੋਂ ਨਹੀਂ ਦੇਖਿਆ ਜਾਂਦਾ ਕੋਈ ਚੱਕਰ ਨਹੀਂ, ਤੁਸੀਂ ਜਿੱਥੇ ਜਾਓ ਹੋਰ ਚੈਨਲ ਮਾਰੋ ਸਰਚ, ਉੱਥੇ 6-6 ਮਿੰਟਾਂ ਦੀ ਵੀਡੀਓ 10-10 ਕੁਐਸਚਨ ਕਰੋ ਇਕੱਠੇ, ਠੀਕ ਹੈ, ਅਤੇ ਆਪਦਾ ਉੱਥੋਂ ਪੜ੍ਹ ਲਓ, ਠੀਕ ਹੈ। ਬਟ ਇੱਥੇ ਜੈਨੂਅਨ ਪੜ੍ਹਾਈ ਹੋ ਰਹੀ ਹੈ, ਜੈਨੂਅਨ, ਠੀਕ ਹੈ। ਹਜੇ ਮੇਰੇ ਕੋਲ ਕੈਮਰੇ ਦੀ ਬੰਦੋਬਸਤ ਨਹੀਂ, ਮੈਂ ਲਾਈਵ ਆ ਕੇ ਪੜ੍ਹਾਊਂਗਾ, ਠੀਕ ਹੈ। ਤਾਂ ਮੈਂ ਕਹਿ ਰਿਹਾ ਕਿ ਤੁਸੀਂ ਜਿੰਨੀਆਂ ਮੇਰੇ ਤੋਂ ਕੁਐਰੀਆਂ ਲੈ ਕੇ ਆਓਗੇ ਮੈਂ ਉਨਾ ਹੀ ਖੁਸ਼ ਹੋਊਂਗਾ, ਜਿੰਨੀ ਮੇਰੇ 'ਤੇ ਭੀੜ ਹੋਊਗੀ ਉਨਾ ਹੀ ਖੁਸ਼ ਹੋਊਂਗਾ ਮੈਂ, ਠੀਕ ਆ। ਤਾਂ ਕਹਿੰਦਾ ਵੀ ਜਵਾਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਇਹ ਚੈਨਲ ਸਿਰਫ ਤੁਹਾਨੂੰ ਆਪਣੇ ਪੰਜਾਬ ਦੀ ਸਟੱਡੀ ਨੂੰ ਬਦਲਣ ਵਾਸਤੇ ਬਣਾਇਆ ਗਿਆ, ਠੀਕ ਆ। ਜਿਹੜਾ ਮੈਂ ਦਿੱਲੀ 'ਚ ਪੜ੍ਹਿਆ ਗਾ ਉਹ ਮੈਂ ਦਿੱਲੀ ਵਾਲਾ ਇਕੱਲਾ ਇਕੱਲਾ ਅੱਖਰ ਪੰਜਾਬ ਦੇ ਵਿੱਚ ਵਾੜਨਾ। ਬਹੁਤ ਜਵਾਕ ਆ ਜਿਹੜੇ ਵਿਚਾਰੇ ਦਿੱਲੀ ਨਹੀਂ ਆ ਸਕਦੇ, ਗਰੀਬ ਘਰਾਂ ਤੋਂ, ਠੀਕ ਹੈ। ਤਾਂ ਉਹਨਾਂ ਵਾਸਤੇ ਇਹ ਚੈਨਲ ਬਣੇ ਹੋਏ ਆ, ਠੀਕ ਹੈ ਨਾ। ਅਤੇ ਇਹ ਚੈਨਲ ਜਿਹੜਾ ਮੈਂ ਬਣਾਇਆ ਗਾ ਸਿਰਫ ਸਟੱਡੀ ਦੇ ਬਿਹਾਫ 'ਤੇ ਬਣਾਇਆ, ਜਿਹੜਾ ਕਿ ਆਪਾਂ ਬਰੀਕੀ ਤੱਕ ਜਾਣਾਗਾ। ਤਾਂ ਤਾਂ ਮੱਥਾ ਮਾਰਨ ਵਾਲੇ ਬਹੁਤ ਚੈਨਲ ਆ, ਤੁਸੀਂ ਉੱਥੇ ਜਾ ਕੇ ਮੱਥਾ ਮਾਰ ਸਕਦੇ ਹੋ, ਠੀਕ ਹੈ। ਬਾਕੀ ਥੈਂਕਸ। ਤੁਸੀਂ ਮੈਂ ਜਦੋਂ ਸਟਾਰਟ ਕੀਤਾ ਸੀਗਾ ਸਿਰਫ 15 ਸਬਸਕ੍ਰਾਈਬਰ ਸੀਗੇ, ਉਹਨਾਂ ਦੇ ਵਿੱਚੋਂ ਵੀ ਮੇਰੇ ਥੋੜ੍ਹੇ ਬਹੁਤ ਜਾਣ ਹੋਏ ਸੀਗੇ। ਹੁਣ ਘੱਟੋ ਘੱਟ 517 ਹੋ ਗਏ, ਅਤੇ ਹਜੇ ਮੈਨੂੰ 15 ਦਿਨ ਹੀ ਹੋਇਆ ਚੈਨਲ ਚਲਾਉਂਦੇ ਨੂੰ। ਬਸ 21 ਫਰਵਰੀ ਜਾਂ 22 ਫਰਵਰੀ ਨੂੰ ਮੈਂ ਚੈਨਲ ਚਲਾਇਆ ਸੀਗਾ, 15 ਜਾਂ 18 ਦਿਨ ਹੋਇਆ ਮੈਨੂੰ ਚੈਨਲ ਚਲਾਉਂਦੇ ਨੂੰ, ਠੀਕ ਹੈ। ਅਤੇ ਕਹਿਣ ਦਾ ਮਤਲਬ ਦੇਖ ਲਓ ਮੈਂ ਕਿੱਥੋਂ ਤੱਕ ਇਹ ਚੀਜ਼ ਲੈ ਚੁੱਕਿਆ, ਠੀਕ ਹੈ। ਵੈਸੇ 18 ਦਿਨ ਵੀ ਕਿਉਂ, ਕਿਉਂਕਿ ਬਿਜਲੀ ਥੋੜ੍ਹੇ ਜਿਹੇ ਦਿਨ ਕੱਢ ਦਿਉ, ਮਹੀਨਾ ਲਗਭਗ ਹੋ ਚੁੱਕਿਆ। ਤਾਂ ਕਹਿਣ ਦਾ ਮਤਲਬ ਵੀ ਜਦੋਂ ਮੈਂ ਮਹੀਨੇ ਦੇ ਵਿੱਚ ਇੰਨਾ ਕੁਛ ਕਰਤਾ, ਅਤੇ ਜਦੋਂ ਮੈਨੂੰ ਮੌਕਾ ਮਿਲ ਗਿਆ, ਠੀਕ ਹੈ, 6-7 ਮਹੀਨੇ 'ਚ ਮੈਂ ਚੈਨਲ ਬਹੁਤ ਤਾਂ ਤੱਕ ਲੈ ਕੇ ਜਾਊਂਗਾ, ਠੀਕ ਹੈ। ਲਾਈਵ ਇੱਥੇ ਵੀਡੀਓ ਪਾਊਂਗਾ, ਅਤੇ ਬਾਕੀ ਜਿਹੜੇ ਮੈਥ ਰੀਜਨਿੰਗ 'ਚ ਮੇਰੀ ਪਕੜ ਹੈ, ਜਿਹੜਾ ਕਿ ਮੇਰਾ ਆਪਦਾ ਸਬਜੈਕਟ ਹੈ, ਠੀਕ ਹੈ, ਮੈਥ ਹੈ ਜਿਹੜਾ ਮੇਰਾ ਆਪਦਾ ਸਬਜੈਕਟ ਹੈ, ਉਹ ਮੈਂ ਬਹੁਤ ਵਧੀਆ ਪੜ੍ਹਾ ਸਕਦਾ। ਬਸ ਕੁਛ ਟਾਈਮ ਰੁਕੋ, ਕਿਉਂਕਿ ਮੈਂ ਹਜੇ ਯਾਨੀ ਕਿ ਜਿਹੜਾ ਮਟੀਰੀਅਲ ਹੈ ਜਿਹਤੇ ਪੜ੍ਹਾਉਣਾ ਗਾ ਉਹ ਮੈਂ ਹਜੇ ਮੰਗਾ ਰਿਹਾ ਗਾ, ਠੀਕ ਹੈ। ਜਿਸ ਦਿਨ ਵਧੀਆ ਹੋ ਗਿਆ ਤੁਹਾਨੂੰ ਮੈਂ ਇਸ ਚੈਨਲ ਨੂੰ ਤੁਹਾਡਾ ਸਭ ਤੋਂ ਫੇਵਰੇਟ ਚੈਨਲ ਬਣਾ ਦੇਣਾਗਾ। ਇਕੱਲੀ ਇਕੱਲੀ ਪੜ੍ਹਾਈ ਕਰਾਂਗੇ ਆਪਾਂ, ਠੀਕ ਹੈ। ਕੁਛ ਮੈਨੂੰ ਹਿੰਦੀ ਦੇ ਵਿੱਚ ਪਾਉਣੇ ਪੈਂਦੇ, ਕਿਉਂਕਿ ਆਲ ਓਵਰ ਇੰਡੀਆ ਤੱਕ ਵੀ ਲੈ ਕੇ ਜਾਣਾ ਚੈਨਲ ਮੈਂ, ਠੀਕ ਹੈ। ਬਟ ਪੰਜਾਬ ਵਾਸਤੇ ਸਪੈਸ਼ਲ ਇਹ ਜਿਹੜਾ ਸ਼ੁਰੂਆਤ ਮੈਂ ਕੀਤੀ ਸੀਗੀ, ਅਤੇ ਪੰਜਾਬ ਵਾਸਤੇ ਅਲੱਗ ਅਲੱਗ ਮੈਂ ਸੀਰੀਜ਼ ਬਣਾ ਵੀ ਰਿਹਾਗਾ, ਠੀਕ ਹੈ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਫਰੈਂਡਸ ਨਾਲ, ਠੀਕ ਹੈ। ਬਾਕੀ ਤੁਹਾਨੂੰ ਸਿਲੇਬਸ ਜਿਹੜਾ ਦੱਸਤਾ, ਇਕੱਲਾ ਇਕੱਲਾ ਅੱਖਰ ਇਸ ਚੈਨਲ 'ਤੇ ਹੋਊਗਾ, ਤੁਹਾਡੇ ਨਾਲ ਵਾਅਦਾ ਗਾ। ਬਸ ਥੋੜ੍ਹਾ ਜਿਹਾ ਸਾਥ ਬਣਾਏ ਰੱਖੋ, ਅਤੇ ਮਈ ਦੇ ਵਿੱਚ ਪੇਪਰ ਹੋਊਗਾ, ਇਹ ਤੁਹਾਨੂੰ ਮੈਂ ਦੱਸ ਦਿੰਦਾ ਜੇ ਉਹਨਾਂ ਨੇ ਮਈ ਦੇ ਐਕਸਪੈਕਟਡ, ਠੀਕ ਹੈ, ਕਿਉਂਕਿ ਇੰਡੀਆ ਦੇ ਵਿੱਚ ਕੁਛ ਵੀ ਡੇਟ 'ਤੇ ਹੋ ਜੇ ਬਹੁਤ ਵੱਡੀ ਗੱਲ ਆ, ਬਟ ਐਕਸਪੈਕਟਡ ਜ਼ਰੂਰ ਆ ਕਿ ਮਈ ਦੇ ਵਿੱਚ ਹੋ ਸਕਦਾ, ਠੀਕ ਹੈ। ਅਤੇ ਬਾਕੀ ਜਿਹੜੇ ਕਰੰਟ ਇਸ਼ੂਜ਼ ਵਗੈਰਾ ਤੁਸੀਂ ਪੁੱਛ ਰਹੇ ਸੀ ਕਿ ਕਰੰਟ ਇਸ਼ੂਜ਼ ਆ, ਉਹ ਸਿਰਫ ਕਰੰਟ ਅਫੇਅਰ ਹੀ ਆ। ਤੁਸੀਂ ਕਰੰਟ ਅਫੇਅਰ ਡੇਲੀ ਪੜ੍ਹਦੇ ਰਹੋ, ਚਾਹੇ ਇਕਨੋਮਿਕਸ ਆ, ਚਾਹੇ ਪੋਲਿਟੀ ਆ, ਚਾਹੇ ਕੋਈ ਵੀ ਇਸ਼ੂ ਆ, ਪੜ੍ਹਦੇ ਰਹੋ, ਇਹਨਾਂ ਦੇ ਵਿੱਚੋਂ ਹੀ ਆਊਗਾ, ਠੀਕ ਹੈ। ਬਾਕੀ ਮੈਂ ਹਰੇਕ ਵੀਡੀਓ ਪਾਉਂਦਾ ਰਹਿੰਦਾ, ਠੀਕ ਹੈ, ਉਹ ਤੁਸੀਂ ਦੇਖਦੇ ਰਹੋ। ਇਕੱਲੀ ਇਕੱਲੀ ਬੁੱਕ ਮੈਂ ਇੱਥੇ ਕੰਪਲੀਟ ਕਰਵਾਊਂਗਾ। ਥੈਂਕਸ।